G20 ਸਮੇਲਨ ਜਿਹੜਾ ਹੈ ਇਸ ਵਾਰ G20 ਸਮੇਲਨ ਦੀ ਮੇਜਬਾਨੀ ਭਾਰਤ ਨੂੰ ਮਿਲੀ ਆ ਔਰ G20 ਸਮੇਲਨ ਅੱਜ ਸ਼ੁਰੂ ਹੋ ਗਿਆ ਚੰਡੀਗੜ੍ਹ ਲਲਿਤ ਹੋਟਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ ਕਿ ਮੇਰੇ ਪਿੱਛੇ ਲਲਿਤ ਹੋਟਲ ਹੈ ਇਸ ਚ G20 ਜਿਹੜਾ ਸਮੇਲਨ ਆ ਉਸ ਦੀ ਬੈਠਕ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਇਸ ਬੈਠਕ ਵਿੱਚ 50 ਦੇਸ਼ਾਂ ਦੇ ਵਿਸ਼ਵ ਦੇ ਵਰਡ ਦੇ 50 ਦੇਸ਼ਾਂ ਦੇ 150 ਲਗਭਗ 150 ਪ੍ਰਤੀਨਿਧੀ ਜਿਹੜੇ ਆ ਭਾਗ ਲੈ ਰਹੇ ਨੇ ਇਸ ਬੈਠਕ ਵਿੱਚ ਅੱਜ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸਾਕਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸ ਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਹੁਣ ਤੱਕ 7.5 ਲੱਖ ਲੋਕ ਇੱਥੇ OPD ਦਾ ਫਾਇਦਾ ਲੈ ਚੁੱਕੇ ਨੇ 1 ਲੱਖ ਤੋਂ ਜ਼ਿਆਦਾ ਲੋਕ ਇਹਨਾਂ ਕਲੀਨਿਕਾਂ ਦੇ ਵਿੱਚ ਮੁਫਤ ਟੈਸਟ ਕਰਾ ਚੁੱਕੇ ਨੇ ਦਵਾਈਆਂ ਸਾਰੀਆਂ ਮੁਫਤ ਮਿਲਦੀਆਂ ਨੇ ਤੇ ਮੈਨੂੰ ਦੱਸਦਿਆਂ ਇੱਕ ਹੋਰ ਖੁਸ਼ੀ ਹੋ ਰਹੀ ਹੈ ਕਿ 27 ਜਨਵਰੀ ਨੂੰ 500 ਮੁਹੱਲਾ ਕਲੀਨਿਕ ਹੋਰ ਜਿਹੜੇ ਨੇ ਉਹ ਲੋਕਾਂ ਦੇ ਸਮਰਪਿਤ ਕੀਤੇ ਜਾਣਗੇ ਤਾਂ ਕਿ ਅਸੀਂ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਸਾਰਾ ਦਿਨ ਇਹ ਬੈਠਕ ਚੱਲੇਗੀ ਔਰ ਇਸ ਤੋਂ ਬਾਅਦ ਕੱਲ ਇਹੀ ਪ੍ਰਤੀਨਿਧੀ ਜਿਹੜੇ ਕਿ ਵੱਖ-ਵੱਖ ਦੇਸ਼ਾਂ ਤੋਂ ਇੱਥੇ ਇਕੱਠੇ ਹੋਏ ਨੇ ਇਸ ਕੱਲ ਇਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਉਹ ਚੰਡੀਗੜ੍ਹ ਦੇ ਜਿੰਨੇ ਵੀ ਪ੍ਰੇਟੈਂਸਤਲ ਆ ਉਹਨਾਂ ਤੇ ਘੁੰਮਣ ਫਿਰਨ ਦਾ ਰਹੇਗਾ ਅੱਜ ਇਸ ਸਮੇਲਨ ਵਿੱਚ ਜਿਹੜੇ ਆ ਵੱਖ-ਵੱਖ ਦੇਸ਼ਾਂ ਦੇ ਜਿਹੜੇ 150 ਪ੍ਰਤੀਨਿਧੀ ਜਿਹੜੇ ਆ ਪਹੁੰਚ ਗਏ ਆ ਔਰ ਇਹ 50 ਦੇਸ਼ਾਂ ਤੋਂ ਵੱਧ ਮੈਂ 50 ਤੋਂ ਵੱਧ ਦੇਸ਼ਾਂ ਦੇ ਜਿਹੜੇ ਪ੍ਰਤੀਨਿਧੀ ਆ ਗਏ ਆ ਇਸ ਸਿਮੇਲਨ ਵਿੱਚ ਜੋ ਵੀ ਫੈਸਲੇ ਲਿੱਤੇ ਜਾਣਗੇ ਉਹ ਜਿਹੜੇ ਆ ਪੂਰੇ ਵਰਡ ਨੂੰ ਉਹ ਪ੍ਰਭਾਵਿਤ ਕਰਨਗੇ ਕਿਉਂਕਿ ਜਿੰਨੇ ਪ੍ਰਤੀਨਿਧੀ ਇੱਥੇ ਇਕੱਠੇ ਹੋਏ ਆ 50 ਤੋਂ ਵੱਧ ਦੇਸ਼ਾਂ ਦੇ ਇਸ ਵਿੱਚ ਵਰਡ ਦੀ ਮਤਲਬ ਕੀ 70% ਆਬਾਦੀ ਜਿਹੜੀ ਆ ਇਹਨਾਂ ਦੇਸ਼ਾਂ ਵਿੱਚ ਰਹਿੰਦੀ ਆ ਇਸ ਕਰਕੇ ਜੀ 20 ਸਿਮੇਲਨ ਦੇ ਜਿਹੜੇ ਫੈਸਲੇ ਆ ਬੜੇ ਇੰਪੋਰਟੈਂਟ ਆ ਪੂਰੇ ਵਿਸ਼ਵ ਦੇ ਲੋਕ ਆ ਇੰਨਾ ਫੈਸਲਾ ਦੇ ਉੱਤੇ ਨਜ਼ਰ ਰੱਖਦੇ ਨੇ ਔਰ ਇਹ ਫੈਸਲੇ ਹਰ ਇੱਕ ਬੰਦੇ ਨੂੰ ਪ੍ਰਭਾਵਿਤ ਕਰਨ ਵਾਲੇ ਨੇ ਔਰ ਜੀ 20 ਜਿਹੜਾ ਸਮੇਲਨ ਹੈਗਾ ਇਸ ਦੀ ਮੇਜਬਾਨੀ ਇਸ ਵਾਰੀ ਭਾਰਤ ਨੂੰ ਮਿਲੀ ਆ ਔਰ ਜਿਸ ਦੀ ਸ਼ੁਰੂਆਤ ਜਿਹੜੀ ਆ ਉਹ ਚੰਡੀਗੜ੍ਹ ਲਲਿਤ ਹੋਟਲ ਵਿੱਚੋਂ ਹੋਗੀ ਹੋ ਚੁੱਕੀ ਆ ਔਰ ਅੱਜ ਜਿਹੜਾ ਇਹ ਜਿਹੜੀ ਬੈਠਕ ਹੈ ਅੱਜ ਸਾਰਾ ਦਿਨ ਚੱਲੇਗੀ ਜਿਸ ਵਿੱਚ ਕਈ ਮਤਲਬ ਕਿ ਜਿਹੜੇ ਮਹੱਤਵਪੂਰਨ ਫੈਸਲੇ ਆ ਲਿੱਤੇ ਜਾਣਗੇ ਜਿਸ ਚ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਇਹ ਆ ਕਿ ਪ੍ਰੇਟਨ ਦੇ ਉੱਤੇ ਜਿੱਥੇ ਫੈਸਲੇ ਲਿੱਤੇ ਜਾਣਗੇ ਉੱਥੇ ਹਰੀਆਲੀ ਦੇ ਉੱਤੇ ਫੈਸਲੇ ਲਿੱਤੇ ਜਾਣਗੇ ਪ੍ਰਦੂਸ਼ਣ ਦੇ ਉੱਤੇ ਫੈਸਲੇ ਲਿੱਤੇ ਜਾਣਗੇ ਐਨੇ ਹੀ ਨਹੀਂ ਜਿਹੜੀ ਗਰੀਬ ਦੇਸ਼ ਹੈ ਉਹਨਾਂ ਦੀ ਆਰਥਿਕ ਮਦਦ ਕਿੱਦਾਂ ਕੀਤੀ ਜਾ ਸਕਦੀ ਆ ਉਸ ਦੇ ਸਬੰਧ ਵਿੱਚ ਵੀ ਇਸ ਸੀ ਸਮੇਲਨ ਵਿੱਚ ਫੈਸਲੇ ਹੋਣਗੇ ਇਸ ਤਰ੍ਹਾਂ ਦੇ ਬੜੇ ਫੈਸਲੇ ਆ ਔਰ ਜੀ 20 ਸਮੇਲਨ ਦੀ ਇਹ ਕੋਈ ਪਹਿਲੀ ਬੈਠਕ ਨਹੀਂ ਆ ਗੁਰਦਾਵਾ ਵਿੱਚ ਵੀ ਇਹਨਾਂ ਦੀ ਬੈਠਕ ਹੋਣੀ ਆ ਅੰਮ੍ਰਿਤਸਰ ਵਿੱਚ ਵੀ ਬੈਠਕ ਹੋਣੀ ਆ ਹੋਰ ਕਈ ਰਾਜਾਂ ਵਿੱਚ ਜੀ 20 ਸਮੇਲਨ ਦੀ ਬੈਠਕ ਹੋਣੀ ਆ ਇਹ ਜੀ 20 ਜਿਹੜਾ ਸਮੇਲਨ ਆ ਪੂਰੇ ਵਰ੍ਹੇ ਚੱਲੇਗਾ ਪੂਰੇ ਵਰ੍ਹੇ ਜਿਹੜਾ ਹੈ ਭਾਰਤ 2023 ਚ ਜੀ 20 ਸਮੇਲਨ ਦੀ ਮੇਜਬਾਨੀ ਜਿਹੜਾ ਹੈ ਭਾਰਤ ਕਰ ਰਿਹਾ ਸਾਡਾ ਦੇਸ਼ ਕਰ ਰਿਹਾ ਔਰ ਜਿਸ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਵਿੱਚੋਂ ਹੋ ਚੁੱਕੀ ਆ ਚੰਡੀਗੜ੍ਹ ਨੇ G20 ਸਿਮੇਲਨ ਦੇ ਜਿਹੜੇ ਪ੍ਰਤੀਨਿਧੀ ਆਏ ਆ ਉਹਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਪ੍ਰਤੀਨਿਧੀ ਦੇ ਨਾਲ ਇੱਕ ਨਾਇਕ ਐਨਜੀਓ ਜੋ ਨੌਨ ਅਗਸਟਡ ਆਫੀਸਰ ਆ ਉਸ ਦੀ ਡਿਊਟੀ ਲਗਾਈ ਗਈ ਆ ਤਾਂ ਕਿ ਉਹਨੂੰ ਕਿਸੇ ਤਰ੍ਹਾਂ ਦੀ ਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਔਰ ਜਿੰਨੇ ਚੰਡੀਗੜ੍ਹ ਦੇ ਟੂਰਿਸਟ ਪਲੇਸ ਹੈਗੇ ਆ ਉੱਥੇ ਬਕਾਇਦਾ ਟੂਰਿਸਟ ਗਾਈਡ ਜਿਹੜੇ ਤਨਤ ਕੀਤੇ ਗਏ ਨੇ ਤਾਂ ਕਿ ਅਗਰ G20 ਸਿਮੇਲਨ ਦਾ ਕੋਈ ਪ੍ਰਤੀਨਿਧੀ ਉੱਥੇ ਜਾਂਦਾ ਹੈ ਤਾਂ ਉਹਨੂੰ ਉੱਥੇ ਉੱਥੇ ਦੀ ਇੰਪੋਰਟੈਂਸ ਜਿਹੜੀ ਆ ਉਹ ਦੱਸ ਸਕੇ ਉੱਥੇ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ ਮੈਂ ਦਿਨੇਸ਼ ਕੋਲ ਕੈਮਰਾਮੈਨ ਉਮਾ ਜਾਬ ਦੇ ਨਾਲ ਦੈਂਕਸ ਵੇਰਾ ਟੀਵੀ ਲਈ ਚੰਡੀਗੜ੍ਹ ਤੋਂ G20 ਇਸ ਸਿਮੇਲਨ ਜਿਹੜਾ ਹੈ ਇਸ ਵਾਰ G20 ਸਿਮੇਲਨ ਦੀ ਮੇਜਬਾਨੀ ਭਾਰਤ ਨੂੰ ਮਿਲੀ ਆ ਔਰ G20 ਸਿਮੇਲਨ ਅੱਜ ਸ਼ੁਰੂ ਹੋ ਗਿਆ ਚੰਡੀਗੜ੍ਹ ਲਲਿਤ ਹੋਟਲ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੈ ਕਿ ਮੇਰੇ ਪਿੱਛੇ ਲਲਿਤ ਹੋਟਲ ਹੈ ਇਸ ਚ G20 ਜਿਹੜਾ ਸਿਮੇਲਨ ਆ ਉਸ ਦੀ ਬੈਠਕ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਇਸ ਬੈਠਕ ਵਿੱਚ 50 ਦੇਸ਼ਾਂ ਦੇ ਵਿਸ਼ਵ ਦੇ ਵਰਡ ਦੇ 50 ਦੇਸ਼ਾਂ ਦੇ 150 ਲਗਭਗ 150 ਪ੍ਰਤੀਨਿਧੀ ਜਿਹੜੇ ਆ ਭਾਗ ਲੈ ਰਹੇ ਨੇ ਇਸ ਬੈਠਕ ਵਿੱਚ ਅੱਜ ਸਾਰਾ ਦਿਨ ਇਹ ਬੈਠਕ ਚੱਲੇਗੀ ਔਰ ਇਸ ਤੋਂ ਬਾਅਦ ਕੱਲ ਇਹੀ ਪ੍ਰਤੀਨਿਧੀ ਜਿਹੜੇ ਕੀ ਵੱਖ-ਵੱਖ ਦੇਸ਼ਾਂ ਤੋਂ ਇੱਥੇ ਇਕੱਠੇ ਹੋਏ ਨੇ ਇਸ ਕੱਲ ਇਹਨਾਂ ਦਾ ਸ਼ਡਿਊਲ ਜਿਹੜਾ ਰਹੇਗਾ ਉਹ ਚੰਡੀਗੜ੍ਹ ਦੇ ਜਿੰਨੇ ਵੀ ਪ੍ਰੇਟੈਂਸਟਲ ਆ ਉਹਨਾਂ ਤੇ ਘੁੰਮਣ ਫਿਰਨ ਦਾ ਰਹੇਗਾ ਅੱਜ ਇਸ ਸਮੇਲਨ ਵਿੱਚ ਜਿਹੜੇ ਆ ਬਖਵਕ ਦੇਸ਼ਾਂ ਦੇ ਜਿਹੜੇ 150 ਪ੍ਰਤੀਨਿਧੀ ਜਿਹੜੇ ਆ ਪਹੁੰਚ ਗਏ ਆ ਔਰ ਇਹ 50 ਦੇਸ਼ਾਂ ਤੋਂ ਵੱਧ ਮੈਂ 50 ਤੋਂ ਵੱਧ ਦੇਸ਼ਾਂ ਦੇ ਜਿਹੜੇ ਪ੍ਰਤੀਨਿਧੀ ਆ ਗਏ ਆ ਇਸ ਸਮੇਲਨ ਵਿੱਚ ਜੋ ਵੀ ਫੈਸਲੇ ਲਿੱਤੇ ਜਾਣਗੇ ਉਹ ਜਿਹੜੇ ਆ ਪੂਰੇ ਵਰਡ ਨੂੰ ਉਹ ਪ੍ਰਭਾਵਿਤ ਕਰਨਗੇ ਕਿਉਂਕਿ ਜਿੰਨੇ ਪ੍ਰਤੀਨਿਧੀ ਇੱਥੇ ਇਕੱਠੇ ਹੋਏ ਆ 50 ਤੋਂ ਵੱਧ ਦੇਸ਼ਾਂ ਦੇ ਇਸ ਵਿੱਚ ਵਰਡ ਦੀ ਮਤਲਬ ਕੀ 70 ਤਤੀਸ਼ਾ ਦਾ ਵਾਦੀ ਜਿਹੜੀ ਆ ਇਹਨਾਂ ਦੇਸ਼ਾਂ ਵਿੱਚ ਰਹਿੰਦੀ ਆ ਇਸ ਕਰਕੇ ਜੀ 20 ਸਮੇਲਨ ਦੇ ਜਿਹੜੇ ਫੈਸਲੇ ਆ ਬੜੇ ਇੰਪੋਰਟੈਂਟ ਆ ਪੂਰੇ ਵਿਸ਼ਵ ਦੇ ਲੋਗ ਇਹਨਾਂ ਫੈਸਲਾ ਦੇ ਉੱਤੇ ਨਜ਼ਰ ਰੱਖਦੇ ਨੇ ਔਰ ਇਹ ਫੈਸਲੇ ਹਰ ਇੱਕ ਬੰਦੇ ਨੂੰ ਪ੍ਰਭਾਵਿਤ ਕਰਨ ਵਾਲੇ ਨੇ ਔਰ ਜੀ 20 ਜਿਹੜਾ ਸਮੇਲਨ ਹੈਗਾ ਇਸ ਦੀ ਮੇਜਬਾਨੀ ਇਸ ਵਾਰੀ ਭਾਰਤ ਨੂੰ ਮਿਲੀ ਆ ਔਰ ਜਿਸ ਦੀ ਸ਼ੁਰੂਆਤ ਜਿਹੜੀ ਆ ਉਹ ਚੰਡੀਗੜ੍ਹ ਲਲਿਤ ਹੋਟਲ ਵਿੱਚੋਂ ਹੋਗੀ ਹੋ ਚੁੱਕੀ ਆ ਔਰ ਅੱਜ ਜਿਹੜਾ ਇਹ ਜਿਹੜੀ ਬੈਠਕ ਹੈ ਅੱਜ ਸਾਰਾ ਦਿਨ ਚੱਲੇਗੀ ਜਿਸ ਵਿੱਚ ਕਈ ਮਤਲਕੀ ਜੜੇ ਮਹੱਤਵਪੂਰਨ ਫੈਸਲੇ ਲਿੱਤੇ ਜਾਣਗੇ ਜਿਸ ਚ ਜਿਹੜੀ ਇੰਪੋਰਟੈਂਟ ਗੱਲ ਹੈਗੀ ਆ ਉਹ ਇਹ ਹੈ ਕਿ ਪ੍ਰੇਟਨ ਦੇ ਉੱਤੇ ਜਿੱਥੇ ਫੈਸਲੇ ਲਿੱਤੇ ਜਾਣਗੇ ਉੱਥੇ ਹਰੀਆਲੀ ਦੇ ਉੱਤੇ ਫੈਸਲੇ ਲਿੱਤੇ ਜਾਣਗੇ ਪ੍ਰਦੂਸ਼ਣ ਦੇ ਉੱਤੇ ਫੈਸਲੇ ਲਿੱਤੇ ਜਾਣਗੇ ਐਨੇ ਹੀ ਨਹੀਂ ਜਿਹੜੀ ਗਰੀਬ ਦੇਸ਼ ਹੈ ਉਹਨਾਂ ਦੀ ਆਰਥਿਕ ਮਦਦ ਕਿੱਦਾਂ ਕੀਤੀ ਜਾ ਸਕਦੀ ਆ ਉਸ ਦੇ ਸਬੰਧ ਵਿੱਚ ਵੀ ਇਹ ਸੀ ਸਮੇਲਨ ਵਿੱਚ ਫੈਸਲੇ ਹੋਣਗੇ ਇਸ ਤਰ੍ਹਾਂ ਦੇ بڑے ਫੈਸਲੇ ਆ ਔਰ ਜੀ 20 ਸਮੇਲਨ ਦੀ ਇਹ ਕੋਈ ਪਹਿਲੀ ਬੈਠਕ ਨਹੀਂ ਆ ਗੁਰਦਾਵਾ ਵਿੱਚ ਵੀ ਇਹਨਾਂ ਦੀ ਬੈਠਕ ਹੋਣੀ ਆ ਅੰਮ੍ਰਿਤਸਰ ਵਿੱਚ ਵੀ ਬੈਠਕ ਹੋਣੀ ਆ ਹੋਰ ਕਈ ਰਾਜਾਂ ਵਿੱਚ ਜੀ 20 ਸਮੇਲਨ ਦੀ ਬੈਠਕ ਹੋਣੀ ਆ ਇਹ ਜੀ 20 ਜਿਹੜਾ ਸਮੇਲਨ ਆ ਪੂਰੇ ਸਾਲ ਚੱਲੇਗਾ ਪੂਰੇ ਸਾਲ ਜਿਹੜਾ ਹੈ ਭਾਰਤ 2023 ਚ ਜੀ 20 ਸਮੇਲਨ ਦੀ ਮੇਜਬਾਨੀ ਜਿਹੜਾ ਭਾਰਤ ਕਰ ਰਿਹਾ ਸਾਡਾ ਦੇਸ਼ ਕਰ ਰਿਹਾ ਔਰ ਜਿਸ ਦੀ ਸ਼ੁਰੂਆਤ ਅੱਜ ਚੰਡੀਗੜ੍ਹ ਵਿੱਚੋਂ ਹੋ ਚੁੱਕੀ ਆ ਚੰਡੀਗੜ੍ਹ ਨੇ ਜੀ20 ਸਿਮੇਲਨ ਦੇ ਜਿਹੜੇ ਪ੍ਰਤੀਨਿਧੀ ਆਏ ਆ ਉਹਨਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਹਰ ਇੱਕ ਪ੍ਰਤੀਨਿਧੀ ਦੇ ਨਾਲ ਇੱਕ ਨਾ ਇੱਕ ਐਨਜੀਓ ਜੋ ਨੌਨ ਅਗਸਟਡ ਆਫੀਸਰ ਆ ਉਸ ਦੀ ਡਿਊਟੀ ਲਗਾਈ ਗਈ ਆ ਤਾਂ ਕਿ ਉਹਨੂੰ ਕਿਸੇ ਤਰ੍ਹਾਂ ਦੀ ਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਔਰ ਜਿੰਨੇ ਚੰਡੀਗੜ੍ਹ ਦੇ ਟੂਰਿਸਟ ਪਲੇਸ ਹੈਗੇ ਆ ਉੱਥੇ ਬਕਾਇਦਾ ਟੂਰਿਸਟ ਗਾਈਡ ਜਿਹੜੇ ਇਤਨਾਤ ਕੀਤੇ ਗਏ ਨੇ ਤਾਂ ਕਿ ਅਗਰ ਜੀ20 ਸਿਮੇਲਰ ਦਾ ਕੋਈ ਪ੍ਰਤੀਨਿਧੀ ਉੱਥੇ ਜਾਂਦਾ ਤਾਂ ਉਹਨੂੰ ਉੱਥੇ ਉੱਥੇ ਦੀ ਇੰਪੋਰਟੈਂਸ ਜਿਹੜੀ ਆ ਉਹ ਦੱਸ ਸਕੇ ਉੱਥੇ ਉਹਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮੈਂ ਦਿਨੇਸ਼ ਗੋਲ ਕੈਮਰਾਮੈਨ ਉਮਰ ਯਾਦ ਦੇ ਨਾਲ ਧੰਨਵਾਦ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ